Hello everyone, my name Lovepreet Verma, founder of Indure English. ਅੱਜ ਅਸੀਂ ਸ਼ੇਅਰ ਕਰਾਂਗੇ ਕੇਸ ਸਟੱਡੀ 103। ਇਸ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕੈਨੇਡਾ ਤੋਂ ਇੱਕ ਸਟੂਡੈਂਟ ਜਿਹੜਾ ਸਾਡੇ ਕੋਲ ਆਇਆ, ਜਿਸ ਦੇ ਦੋ ਰਿਫਿਊਜ਼ਲਸ ਆਏ ਨੇ, ਇੱਕ ਚੰਡੀਗੜ੍ਹ ਤੋਂ, ਸੈਕਿੰਡ ਬਠਿੰਡਾ ਤੋਂ। ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕੀ ਕੀ ਕਮੀਆਂ ਰਹਿ ਗਈਆਂ ਸੀ। ਆਈ ਹੈਵ ਐਨਾਲਾਈਜ਼ਡ ਦ ਪ੍ਰੋਫਾਈਲ ਇਨ ਡੀਟੇਲ, ਕੀ ਕਮੀਆਂ ਸੀ ਜਿਨ੍ਹਾਂ ਕਰਕੇ ਉਹ ਦੋ ਵਾਰ ਰਿਫਿਊਜ਼ਲ ਆਇਆ, ਔਰ ਕਿੱਥੇ ਕਿੱਥੇ ਕੰਸਲਟੈਂਟਸ ਧੋਖਾ ਖਾ ਗਏ ਜਾਂ ਉਹਨਾਂ ਨੇ ਆਪਣੀ ਕੇਅਰਲੈਸ ਦਾ ਐਟੀਟਿਊਡ ਦਿਖਾਇਆ। ਸੋ ਫਸਟ ਆਫ ਆਲ ਮੈਂ ਸਾਰੇ ਸਟੂਡੈਂਟਸ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਇਹ ਕਹਾਂਗਾ ਕਿ ਆਲਵੇਜ਼ ਫਾਈਂਡ ਏ ਲਾਇਸੈਂਸਡ ਕੰਸਲਟੈਂਟ। ਕਦੀ ਵੀ ਤੁਸੀਂ ਇੱਦਾਂ ਫਾਈਲ ਅਪਲਾਈ ਨਾ ਕਰੋ। ਯੂਅਰ ਕੰਸਲਟੈਂਟ ਸ਼ੁੱਡ ਬੀ ਲਾਇਸੈਂਸਡ, ਹੀ ਔਰ ਸ਼ੀ ਮਸਟ ਬੀ ਫੁਲੀ ਨੋਲੇਜੇਬਲ। ਉਹਦੀ ਸਟੂਡੈਂਟ ਵੀਜ਼ਾ ਹਿਸਟਰੀ ਦੇਖੋ, ਉਸ ਨਾਲ ਗੱਲਬਾਤ ਕਰੋ, ਫਿਰ ਫਾਈਲ ਕਰੋ। ਬਹੁਤ ਸਾਰੇ ਸਟੂਡੈਂਟਸ ਦੇਖਦੇ ਨੇ ਕਿ ਜੀ ਫ੍ਰੀ ਫਾਈਲ ਅਪਲਾਈ ਹੋ ਰਹੀ ਹੈ ਤਾਂ ਲੈਟਸ ਡੂ ਦੈਟ। ਬਹੁਤ ਸਾਰੀ ਕੰਪਨੀਜ਼ ਫਾਈਲ ਫ੍ਰੀ ਅਪਲਾਈ ਕਰ ਰਹੇ ਨੇ, ਬਟ ਉਹੀ ਦੇਰ ਇਜ਼ ਨੋ ਫ੍ਰੀ ਲੰਚ ਐਨੀ ਵੇਅਰ। ਫ੍ਰੀ ਦੇ ਚੱਕਰ ਦੇ ਵਿੱਚ ਤੁਸੀਂ ਰਿਫਿਊਜ਼ਲ ਵੀ ਲੈ ਲੈਂਦੇ ਹੋ, ਡਬਲ ਪੈਸੇ ਵੀ ਖਰਚਦੇ ਹੋ। ਸੋ ਅੱਜ ਦਾ ਜਿਹੜਾ ਕੇਸ ਹੈ, ਜੋ ਸਟੂਡੈਂਟ ਸਾਡੇ ਕੋਲ ਆਇਆ ਹੈ, ਦੈਟ ਇਜ਼ ਤਲਵਿੰਦਰ ਕੁਮਾਰ, ਬਠਿੰਡਾ ਡਿਸਟ੍ਰਿਕਟ ਦੇ ਰਹਿਣ ਵਾਲਾ ਹੈ ਸਟੂਡੈਂਟ। ਪਲੱਸ ਟੂ ਉਸਨੇ ਕੀਤੀ ਹੈ ਜੀ ਕਾਮਰਸ ਦੇ ਵਿੱਚ ਇਨ 2017, 48% ਮਾਰਕਸ, ਇਕਨੋਮਿਕਸ 33%, ਬਿਜ਼ਨਸ ਸਟੱਡੀਜ਼ 43%, ਅਕਾਊਂਟਿੰਗ 48%। ਤਿੰਨੇ ਕੋਰ ਸਬਜੈਕਟਸ ਜਿਹੜੇ ਨੇ ਉਹਨਾਂ ਦੇ ਵਿੱਚ 50 ਤੋਂ ਬਿਲੋਸ ਨੰਬਰਸ ਨੇ ਪਲੱਸ ਟੂ ਦੇ ਵਿੱਚ। ਉਸ ਤੋਂ ਬਾਅਦ ਇਹ ਸਟੂਡੈਂਟ BA ਕਰਦਾ ਹੈ, ਕਾਮਰਸ ਪਲੱਸ ਟੂ ਤੋਂ ਬਾਅਦ BA ਕਰਦਾ ਹੈ, ਇੰਗਲਿਸ਼, ਪੰਜਾਬੀ ਸਬਜੈਕਟਸ ਦੇ ਨਾਲ, ਨੋਰਮਲ ਸਬਜੈਕਟਸ ਦੇ ਨਾਲ BA ਕੀਤੀ। ਚੰਡੀਗੜ੍ਹ ਦੇ ਵਿੱਚ ਕਿਸੇ ਕੰਸਲਟੈਂਟ ਕੋਲ ਗਿਆ, ਮੈਂ ਉਸਦਾ ਨਾਮ ਨਹੀਂ ਲਵਾਂਗਾ, ਆਈ ਰਿਸਪੈਕਟ ਆਲ ਦ ਕੰਸਲਟੈਂਟਸ। ਉੱਥੇ ਮੋਸਟਲੀ ਹੁੰਦਾ ਕੀ ਹੈ, ਜਿੱਡੀ ਵੱਡੀ ਕੰਪਨੀ ਹੈ, ਅਸੀਂ ਦੇਖਦੇ ਹਾਂ ਕਿ ਉਹਨੇ ਜਿਹੜੇ ਵਰਕਰਸ ਹੁੰਦੇ ਨੇ ਜਾਂ ਫਰੰਟ ਡੈਸਕ ਆਫਿਸਰਸ ਹੁੰਦੇ ਨੇ, ਉਹਨਾਂ ਕੋਲ ਇੰਨੀ ਜ਼ਿਆਦਾ ਨੌਲੇਜ ਵੀ ਨਹੀਂ ਹੁੰਦੀ। ਉਹ ਚੱਕ ਚੱਕ ਕੇ ਅਪਲਾਈ ਕਰ ਦਿੰਦੇ ਨੇ। ਸਟੂਡੈਂਟ ਨੇ ਕਿਹਾ ਜੀ ਮੈਨੂੰ ਹਿਊਮਨ ਰਿਸੋਰਸ ਦੇ ਦਿਓ, ਹਿਊਮਨ ਰਿਸੋਰਸ ਦੇ ਦਿੱਤਾ, ਬਿਜ਼ਨਸ ਸਟੱਡੀਜ਼ ਕਿਹਾ, ਬਿਜ਼ਨਸ ਸਟੱਡੀਜ਼ ਦੇ ਦਿੱਤਾ। ਬਟ ਹੋਣਾ ਕੀ ਚਾਹੀਦਾ ਹੈ, ਕੰਸਲਟੈਂਟਸ ਨੂੰ ਜਾਂ ਐਜੂਕੇਸ਼ਨਿਸਟ ਨੂੰ ਤੁਹਾਡੀ ਸਾਰੀ ਪ੍ਰੋਫਾਈਲ ਦੇਖਣੀ ਚਾਹੀਦੀ ਹੈ, ਅਕੋਰਡਿੰਗ ਟੂ ਯੂਅਰ ਪ੍ਰੋਫਾਈਲ ਤੁਹਾਨੂੰ ਸੁਜੈਸਟ ਕਰਨਾ ਚਾਹੀਦਾ ਹੈ ਵਿਚ ਪ੍ਰੋਗਰਾਮ ਇਜ਼ ਸੂਟੇਬਲ ਟੂ ਯੂਅਰ ਪ੍ਰਪੋਜ਼ ਸਟੱਡੀਜ਼ ਔਰ ਯੂਅਰ ਪ੍ਰੀਵੀਅਸ ਕੁਆਲੀਫਿਕੇਸ਼ਨ। ਸੋ ਹੋਇਆ ਕਿ ਜਿਹੜੇ ਚੰਡੀਗੜ੍ਹ ਵਾਲੇ ਕੰਸਲਟੈਂਟ ਸੀ, ਉਸਨੇ ਆਰਟਸ BA ਦੇ ਮਗਰੋਂ ਹਿਊਮਨ ਰਿਸੋਰਸ ਦਿੱਤਾ। ਦੇਖੋ ਹੁਣ ਹਿਊਮਨ ਰਿਸੋਰਸ ਦੇ ਟੈਕਨੀਕਲ ਸਬਜੈਕਟ, ਨਾ ਉਸਨੇ ਲਾਜ਼ ਪੜ੍ਹੇ ਨੇ ਨਾ ਹਿਊਮਨ ਰਿਸੋਰਸ ਦੀ ਟੈਕਨੀਕੈਲਿਟੀਜ਼ ਪੜ੍ਹੀਆਂ ਨੇ। ਹਿਊਮਨ ਰਿਸੋਰਸ ਵਾਸਤੇ ਜਨਰਲੀ ਅਸੀਂ ਰਿਕਮੈਂਡ ਕਰਦੇ ਹਾਂ ਕਿ ਸਟੂਡੈਂਟ ਦੀ ਬੈਕਗ੍ਰਾਉਂਡ BCOM ਹੋਵੇ ਜਾਂ ਫਿਰ BBA ਹੋਵੇ, ਤਾਂ ਕਿ ਉਹ ਕਾਮਰਸ ਦੇ ਰਿਲੇਟਡ ਸਬਜੈਕਟਸ ਔਰ ਮੈਨੇਜਮੈਂਟ ਦੇ ਰਿਲੇਟਡ ਸਬਜੈਕਟਸ ਉਸਦੇ ਪੜ੍ਹੇ ਹੋਣ। ਹੁਣ ਕਾਮਰਸ 12th ਦੇ ਵਿੱਚ ਲੈਸ ਦੈਨ 50% ਇਨ ਆਲ 3 ਕੋਰ ਸਬਜੈਕਟਸ, ਐਂਡ ਆਫਟਰ ਦੈਟ ਪਿਓਰ BA ਐਂਡ ਹਿਊਮਨ ਰਿਸੋਰਸ। ਸੋ ਜਦੋਂ ਉਸਨੂੰ ਹਿਊਮਨ ਰਿਸੋਰਸ ਦਾ ਕੋਰਸ ਨਾਇਗਰਾ ਕਾਲਜ ਦੇ ਵਿੱਚ ਦਿੱਤਾ ਗਿਆ, ਤਾਂ ਅੰਬੈਸੀ ਦਾ ਰਿਐਕਸ਼ਨ July 29, 2021 ਦੇ ਵਿੱਚ ਉਹਦਾ ਫਸਟ ਰਿਫਿਊਜ਼ਲ ਆ ਗਿਆ। ਨਾਓ ਰਿਫਿਊਜ਼ਲ ਦੇ ਵਿੱਚ ਉਹੀ ਚੀਜ਼ ਹੋਣੀ ਸੀ, ਵਿਜ਼ ਆਫਿਸਰ ਨੇ ਰਿਫਿਊਜ਼ਲ ਦਿੱਤਾ, ਯੂਅਰ ਪ੍ਰਪੋਜ਼ ਸਟੱਡੀਜ਼ ਆਰ ਨੋਟ ਇਨ ਲਾਈਟ ਆਫ ਯੂਅਰ ਪ੍ਰੀਵੀਅਸ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ। ਕਲੀਅਰਲੀ ਦੱਸ ਦਿੱਤਾ ਗਿਆ ਕਿ ਤੁਹਾਡੀ ਪ੍ਰੀਵੀਅਸ ਕੁਆਲੀਫਿਕੇਸ਼ਨ ਦੇ ਰਿਲੇਟਡ ਇਹ ਫਿਊਚਰ ਕੋਰਸ ਨਹੀਂ ਹੈ। ਸੇਮ ਸਟੂਡੈਂਟ ਹੁਣ ਚੰਡੀਗੜ੍ਹ ਤੋਂ ਬਠਿੰਡਾ ਚਲਾ ਜਾਂਦਾ, ਬਠਿੰਡੇ ਅਗੇਨ ਉਸ ਕਿਸੇ ਹੋਰ ਕੰਸਲਟੈਂਟ ਨੇ ਜੋ ਬਲੰਡਰ ਕੀਤਾ ਉਹ ਇੱਥੇ ਸੀ ਕਿ ਉਸਨੇ ਸੇਮ ਕੋਰਸ ਜਿਸ ਤੇ ਵੀਜ਼ਾ ਆਫਿਸਰ ਨੇ ਕੁਐਸਚਨ ਕੀਤਾ, ਪਿੰਨ ਪੁਆਇੰਟ ਕੀਤਾ ਕਿ ਇਹ ਰੀਜ਼ਨੇਬਲ ਨਹੀਂ ਹੈ ਵਿਦ ਦ ਡਿਫਰੈਂਟ SOP, ਬਠਿੰਡੇ ਤੋਂ ਸੇਮ ਕੋਰਸ ਉਹਨਾਂ ਨੇ ਉਹੀ ਡੈਫਰਲ ਲਗਾ ਕੇ ਹਿਊਮਨ ਰਿਸੋਰਸ ਨੂੰ ਹੀ ਅੱਗੇ ਪੇਸ਼ ਕਰ ਦਿੱਤਾ, ਐਂਡ ਸੈਕਿੰਡ ਰਿਫਿਊਜ਼ਲ ਅਗੇਨ ਇਜ਼ ਦੇਅਰ ਔਨ January 12, 2022, ਸੇਮ ਰਿਫਿਊਜ਼ਲ, ਆਈ ਐਮ ਨੋਟ ਸੈਟਿਸਫਾਈ ਦੈਟ ਯੂ ਵਿਲ ਲੀਵ ਦ ਕੰਟਰੀ ਐਟ ਦ ਐਂਡ ਆਫ ਯੂਅਰ ਸਟੱਡੀ ਪ੍ਰੋਗਰਾਮ ਐਂਡ ਯੂਅਰ ਪ੍ਰਪੋਜ਼ ਸਟੱਡੀਜ਼ ਆਰ ਨੋਟ ਇਨ ਲਾਈਟ ਆਫ ਯੂਅਰ ਪ੍ਰੀਵੀਅਸ ਕੁਆਲੀਫਿਕੇਸ਼ਨ। ਸੋ ਚਾਹੀਦਾ ਤਾਂ ਇਹ ਸੀ ਜੇ ਸੈਕਿੰਡ ਕੰਸਲਟੈਂਟ ਨੂੰ ਕਿ ਤੁਸੀਂ ਸਾਰੀ ਪ੍ਰੋਫਾਈਲ ਨੂੰ ਦੇਖੋ, ਕੇਪ ਨੋਟਸ ਪੜ੍ਹੋ, ਉਸਨੂੰ ਡਿਫਰੈਂਟ ਪ੍ਰੋਗਰਾਮ ਦਿਓ। ਅਗਰ ਇਹੀ ਜਿਹੜੀ ਪ੍ਰੋਫਾਈਲ ਹੈ, ਆਰਟਸ ਦੀ ਪ੍ਰੋਫਾਈਲ ਹੈ, ਮੋਸਟ ਰਿਕਮੈਂਡਡ ਕੋਰਸਿਸ ਹੁੰਦੇ ਨੇ ਹੋਸਪਿਟੈਲਿਟੀ, ਟੂਰਿਜ਼ਮ, ਜਰਨਲਿਜ਼ਮ, ਮਾਸ ਕਮਿਊਨੀਕੇਸ਼ਨ, ਅਗਰ ਇਹਨਾਂ ਦੇ ਵਿੱਚ ਲਗਾਇਆ ਹੁੰਦਾ ਤਾਂ ਵੀਜ਼ਾ ਜ਼ਰੂਰ ਆ ਜਾਣਾ ਸੀ।
ਸੋ ਦੋ ਰਿਫਿਊਜ਼ਲਸ ਤੋਂ ਬਾਅਦ ਇਹ ਜਿਹੜੇ ਸਟੂਡੈਂਟ ਔਰ ਇਸ ਦੀ ਫੈਮਿਲੀ ਹੁਣ ਮੇਰੇ ਕੋਲ ਆਈ ਹੈ ਅਸੀਂ ਇਹਨਾਂ ਨੂੰ ਰਾਈਟ ਕੋਰਸ ਇਹਨਾਂ ਦੇ ਅਸੀਂ ਕੇਪ ਨੋਟਸ ਨਿਕਲਵਾਏ ਨੇ ਸਾਰਾ ਸਟੱਡੀ ਕਰ ਰਹੇ ਹਾਂ ਦੋ ਦੋ ਰਿਫਿਊਜ਼ਲ ਸਟੱਡੀ ਕੀਤੀਆਂ ਤਾਂ ਹੁਣ ਸਾਰਾ ਇਹੀ ਐਨਾਲਿਸਿਸ ਹੋਇਆ ਕਿ ਦੋਨੋਂ ਵਾਰ ਇਹਨਾਂ ਦੀ ਸਿਲੈਕਸ਼ਨ ਆਫ ਕੋਰਸ ਗਲਤ ਸੀ ਬਹੁਤ ਸਾਰੀਆਂ ਟੈਕਨੀਕਲ ਮਿਸਟੇਕ ਸੀ ਜਿਹੜੀਆਂ ਐਸਓਪੀਸ ਦੇ ਵਿੱਚ ਸੀਗੀਆਂ ਦੋਨੋਂ ਕੰਸਲਟੈਂਟਸ ਦੇ ਨੇ ਜਿਹੜੀਆਂ ਅਪਲਾਈ ਕੀਤੀਆਂ ਉਹਦੇ ਵਿੱਚ ਇੰਟੈਂਸ਼ਨ ਟੂ ਸਟੱਡੀ ਕਲੀਅਰ ਨਹੀਂ ਸੀ ਲੌਂਗ ਟਰਮ ਗੋਲਸ ਸ਼ਾਰਟ ਟਰਮ ਗੋਲਸ ਕਲੀਅਰ ਨਹੀਂ ਸੀ ਐਂਡ ਵਾਈ ਦਾ ਸਟੂਡੈਂਟ ਵਿਲ ਕਮ ਬੈਕ ਟੂ ਹਿਸ ਹੋਮ ਕੰਟਰੀ ਇਹ ਸਾਰੀਆਂ ਚੀਜ਼ਾਂ ਮਿਸਿੰਗ ਸੀ ਜੋ ਕਿ ਮੇਜਰ ਹੁੰਦੀਆਂ ਨੇ ਸੋ ਅਸੀਂ ਇਸ ਫਾਈਲ ਨੂੰ ਹੁਣ ਪ੍ਰੋਸੀਡ ਕਰ ਰਹੇ ਹਾਂ ਤਾਂ ਮੈਂ ਸਾਰੇ ਸਟੂਡੈਂਟਸ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਕਰਾਂਗਾ ਕਿ ਅਗਰ ਤੁਹਾਡੀ ਫਾਈਲ ਰਿਫਿਊਜ਼ ਹੋ ਚੁੱਕੀ ਹੈ ਜਾਂ ਤੁਸੀਂ ਨਵਾਂ ਕੇਸ ਅਪਲਾਈ ਕਰਨਾ ਹੈ ਮੇਕ ਸ਼ੋਰ ਤੁਸੀਂ ਇੱਕ ਨੋਲੇਜੇਬਲ ਕੰਸਲਟੈਂਟ ਦੇ ਕੋਲ ਜਾਓ ਤਾਂ ਕਿ ਤੁਹਾਡਾ ਵੀਜ਼ਾ ਅੱਛੇ ਤਰੀਕੇ ਨਾਲ ਅਪਰੂਵ ਹੋ ਸਕੇ ਤੁਹਾਡਾ ਕੋਰਸ ਜਿਹੜਾ ਹੈ ਉਹ ਰੈਲੀਵੈਂਟ ਹੋਣਾ ਚਾਹੀਦਾ ਪ੍ਰੀਵੀਅਸ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਦੇ ਰਿਲੇਟਡ ਇਰੈਲੀਵੈਂਟ ਕੋਰਸ ਕਦੀ ਨਾ ਸਿਲੈਕਟ ਕਰੋ ਮੰਨ ਲਓ ਤੁਸੀਂ ਆਰਟਸ ਬੈਕਗ੍ਰਾਉਂਡ ਤੋਂ ਹੋ ਔਰ ਤੁਸੀਂ ਚਾਹੁੰਦੇ ਹੋ ਜੀ ਮੈਂ ਅਕਾਊਂਟਿੰਗ ਦੇ ਵਿੱਚ ਕਰਨਾ ਮੇਰਾ ਮਨ ਕਹਿੰਦਾ ਹੈ ਜਾਂ ਮੈਂ ਕਰਨਾ ਚਾਹੁੰਦਾ ਹਾਂ ਇਦਾਂ ਦਾ ਰਿਸਕ ਕਦੀ ਨਾ ਲਓ ਯੂਅਰ ਕੋਰਸ ਸ਼ੁੱਡ ਬੀ ਅਲਾਈਨਡ ਟੂ ਯੂਅਰ ਪ੍ਰੀਵੀਅਸ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਸੋ ਇਹ ਇੱਕ ਬਹੁਤ ਵੱਡੀ ਚੀਜ਼ ਹੈ ਅੱਜ ਦਾ ਜਿਹੜਾ ਸੈਸ਼ਨ ਸੀ ਇਹ ਕੇਸ ਸਟੱਡੀ 103 ਅਸੀਂ ਡਿਸਕਸ ਕੀਤੀ ਹੈ ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਕੋਰਸ ਬਹੁਤ ਅੱਛਾ ਹੋਣਾ ਚਾਹੀਦਾ ਹੈ ਰੈਲੀਵੈਂਟ ਹੋਣਾ ਚਾਹੀਦਾ ਹੈ ਤੁਹਾਡਾ ਜਿਹੜਾ ਜੋ ਤੁਹਾਡਾ ਕੰਸਲਟੈਂਟ ਹੈ ਹੀ ਔਰ ਸ਼ੀ ਮਸਟ ਬੀ ਰਜਿਸਟਰਡ ਐਂਡ ਨੋਲੇਜੇਬਲ ਆਲਸੋ ਸੋ ਅਗਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਤੁਹਾਨੂੰ ਕਿਸੇ ਵੀ ਗਾਈਡੈਂਸ ਦੀ ਜ਼ਰੂਰਤ ਹੈ ਵਿਨਯੋਰ ਇੰਗਲਿਸ਼ ਆਲਵੇਜ਼ ਤੁਹਾਡੇ ਲਈ ਹਾਜ਼ਰ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 7973160270 ਦਿੱਤੇ ਗਏ ਨੰਬਰਾਂ ਤੇ ਔਰ ਵੈਬਸਾਈਟ ਤੇ vinyourenglish.com ਤੇ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਵੀ ਆਰ ਲਾਇਸੈਂਸਡ ਕੰਸਲਟੈਂਟ ਲਾਇਸੈਂਸ ਨੰਬਰ 908 ਥੈਂਕ ਯੂ ਸੋ ਮਚ